ਪੈਂਚੀ ਮਾਰਦੀ ਆ ਹਾਂ ਮੈਂ ਨਹੀਂ ਮਾਰੀ 365 ਚ ਲੱਤਰ ਨਾਰ ਦੇ ਸਾਰਾ ਸਾਲ ਬੰਦੇ ਨੂੰ ਮਾਰਦੇ ਕਿਸੇ ਨੇ ਨਹੀਂ ਕਿਹਾ ਸਾਲੇ ਨਾਲੇ ਸਾਲ ਨਹੀਂ ਸਾਰੀ ਉਮਰ ਲਈ ਫਸੋਗੇ ਪੈਂਚੀ ਲੱਗੂਗੀ ਪੈਂਚੀ ਹਾਂ ਮੈਂ ਤਾਂ ਕੱਲਾ ਧੱਕਾ ਹੀ ਮਾਰਿਆ ਸੀ ਪਹਿਲਾਂ ਵੀ ਕਈ ਤੇਰੇ ਧੱਕੇ ਚੜੇ ਨੇ ਸਾਲਿਆ ਕਿੱਦਾਂ ਦੀ ਗੱਲਾਂ ਕਰ ਰਿਹਾ ਤੂੰ ਕੀ ਪਤਾ ਉਹਨੇ ਸੁਸਾਈਡ ਕੀਤੀ ਹੋਵੇ ਸਾਲੇ ਸੁਸਾਈਡ ਕਰਨ ਨੂੰ ਕਹਾ ਸਾਲੀ ਨੇ ਆੜਤੀ ਦੇ ਪੈਸੇ ਦੇਣੇ ਸੀ ਚੰਗਾ ਭਲਾ ਤਾਂ ਕਮਾਉਂਦੀ ਸੀ ਉਹ ਗੱਲ ਸੁਣੋ ਆਪਾਂ ਇਹਦੇ ਯਾਰ ਆ ਨਾਲ ਤਾਂ ਹੁਣ ਖਾਣਾ ਹੀ ਪਊਗਾ ਲੱਕੀ ਵੀਰੇ ਤੇਰੀ ਜਾਇਜ਼ ਰੋਟੀ ਮੈਂ ਆਪ ਕੇ ਕਿਆ ਕਰੂੰਗਾ ਸਾਲਿਆ ਪਰੇ ਮਰ ਮੈਂ ਹੁਣੇ ਠਾਣੇ ਜਾ ਕੇ ਪੁਲਿਸ ਬੁਲਾ ਕੇ ਲਿਆਉਣਾ ਉਹ ਪਾਗਲ ਹੈ ਦਿਮਾਗ ਖਰਾਬ ਹੋ ਗਿਆ ਤੇਰਾ ਪੁਲਿਸ ਨੂੰ ਬੁਲਾ ਕੇ ਲਿਆਣਾ ਤੂੰ ਸੰਡੀ ਬੋਟੀਆਂ ਨੂੰ ਪਤਾ ਲੱਗ ਗਿਆ ਫੇਰ ਇਹ ਸਜ਼ਾ ਤੇ ਤਲਾਕ ਨਾਲੋਂ ਨਾਲ ਹੀ ਹੋਣੇ ਸਾਡੇ ਸਾਲਿਓ ਜਦ ਮੈਂ ਕਤਲ ਕੀਤਾ ਹੀ ਨਹੀਂ ਤੁਸੀਂ ਪੁਲਿਸ ਬੁਲਾਉਣ ਤੋਂ ਡਰਦੇ ਕਿਉਂ ਬਸ ਗੱਲ ਖਤਮ ਜਿਹੜਾ ਜਿਹੜਾ ਵੀ ਆਪਣੇ ਚਾਹੁੰਦਾ ਵੀ ਪੁਲਿਸ ਨਾ ਆਵੇ ਆਪਣੇ ਆਪਣੇ ਹੱਥ ਖੜੇ ਕਰੋ ਆ ਲਓ 1 2 3 4 ਇਹਦਾ ਮਤਲਬ ਆਪਾਂ ਸਾਰੀ ਚਾਹੁੰਦੇ ਪੁਲਿਸ ਨਾ ਆਵੇ ਗੱਲ ਖਤਮ ਮੈਂ ਤਾਂ ਹੱਥ ਖੜਾ ਕੀਤਾ ਹੀ ਨਹੀਂ ਸਾਲਿਆ ਹਰੇਕ ਗੱਲ ਤੋਂ ਮੁੱਕਰ ਜਾਣਾ ਤੂੰ ਤਾਂ ਕਤਲ ਕਰਕੇ ਵੀ ਮੁੱਕਰ ਗਿਆ ਓਏ ਸਾਲਿਓ ਕਿਹੋ ਜਿਹੇ ਯਾਰ ਹੋ ਤੁਸੀਂ ਆਪਣੇ ਯਾਰ ਦੇ ਸਿਰ ਧੱਕੇ ਨਾਲ ਕਤਲ ਦਾ ਇਲਜ਼ਾਮ ਲਈ ਜਾਂਦੇ ਹੋ ਨਹੀਂ ਪੁਲਿਸ ਨੂੰ ਕੀ ਕਹਾਂਗੇ ਬਈ ਉਤੋਂ ਪੱਖੇ ਦੇ ਨੱਟ ਖੁੱਲ ਗਏ ਤੇ ਕੁੜੀ ਊਸ਼ਾ ਦੇ ਪੱਖੇ ਥੱਲੇ ਆ ਕੇ ਮਰ ਗਈ ਉਹ ਕੁੜੀ ਆ ਕਿ ਚਿੜੀ ਆ ਜਿਹੜੀ ਪੱਖੇ 'ਚ ਆ ਕੇ ਮਰ ਗਈ ਨੱਟ ਤਾਂ ਸਾਡੇ ਹੁਣ ਪੁਲਿਸ ਖੋਲੂਗੀ ਉਹ ਵੀ ਬਿਨਾਂ ਗਰੀਸ ਕੀਤੇ ਮੈਨੂੰ ਇੱਕ ਗੱਲ ਦੱਸੋ ਇੱਕ ਕਤਲ ਦੀ ਸਜ਼ਾ ਕਿੰਨੀ ਆ ਆਲਮੋਸਟ ਫਾਂਸੀ ਤੇ ਚਾਰਾਂ ਦੀ ਉਹ ਵੀ ਆਲਮੋਸਟ ਜਾਰਾਂ ਕੀ ਮਤਲਬ ਵੀਰ ਜੀ ਹੈਲੋ ਗੱਲ ਸੁਣੋ ਅਸੀਂ ਇਹ ਤਾਂ ਨਹੀਂ ਕਹਿ ਰਹੇ ਵੀ ਕਤਲ ਤੁਸੀਂ ਕੀਤਾ ਹਨਾ ਪਰ ਇਹ ਗੱਲ ਹੁਣ ਪੁਲਿਸ ਨੂੰ ਕਿੱਦਾਂ ਮਨਾਵਾਂਗੇ ਤੁਸੀਂ ਆਪ ਦੱਸੋ ਤੁਸੀਂ ਆਪ ਸਿਆਣੇ ਹੋ ਸਾਡੇ ਜੋ ਤਾਂ ਕਿਸੇ ਨੂੰ ਲਾਸ਼ ਮਿਲ ਕੋਣੀ ਨਹੀਂ ਆਉਂਦੀ ਸਾਡੇ ਘਰੇ ਤਾਂ ਜਦੋਂ ਵੀ ਕਦੇ ਬੁੜਾ ਮਰਿਆ ਇਸ ਤਾਂ ਸਿੱਧਾ ਸਿਵੇਂ ਚ ਲੈ ਕੇ ਗਏ ਆ ਲੋਕੀ ਰੋਜ਼ ਗਾਰਡਨ ਲੈ ਕੇ ਜਾਂਦੇ ਬੁੱਗ ਅੱਛਾ ਮੇਰੀ ਗੱਲ ਸੁਣੋ ਜਦ ਤੱਕ ਅਸੀਂ ਲਾਸ਼ ਨੂੰ ਟਿਕਾਣੇ ਲਾਉਣ ਦਾ ਇੰਤਜ਼ਾਮ ਕਰਕੇ ਆਉਂਦੇ ਆ ਨਾ ਉਦੋਂ ਤੱਕ ਪੂਰੀ ਮੁਸਤੈਦੀ ਨਾਲ ਲਾਸ਼ ਦੇ ਕੋਲ ਬਹਿਣਾ ਤੂੰ ਉਹ ਸਾਲਿਆ ਤੈਨੂੰ ਕਹਿ ਰਿਹਾ ਹਾਂ ਸਾਲੋ ਮੈਂ ਕੋ ਲਾਸ਼ ਕੋਲ ਬੈਠਾ ਤੇ ਉੱਕੜ ਦੁੱਕੜ ਭੰਬਾ ਪੌਚ ਤੇਰਾ ਪਿਓ ਜਿੱਤਿਆ ਸੀ ਉਦੋਂ ਤਾਂ ਸਾਲਿਆ ਬੜੇ ਭੰਗੜੇ ਪਾਉਂਦਾ ਸੀ ਜਿੱਤ ਕੇ ਕੁੱਤਾ ਹੋਵੇ ਸਾਲਾ ਜਿਹੜਾ ਅੱਗੇ ਤੋਂ ਇੱਕੜ ਦੁੱਕੜ ਭੰਬਾ ਪੋਖੇਦੇ ਚਲੋ ਯਾਰ ਇੰਤਜ਼ਾਮ ਕਰੀਏ ਗੱਲ ਸੁਣੋ ਹੈਲੋ ਸਾਡੇ ਆਉਂਦਿਆਂ ਤੱਕ ਨਾ ਲਾਸ਼ ਲਪੇਟ ਕੇ ਤੇ ਸਮਾਨ ਸਮੇਟ ਕੇ ਰੱਖੀ पागल कीता होया मगरों कितने लाश ते नहीं पागल करती अंदर लाश लुको के बाहर लेके जानी पुलिस का फोन तो नहीं आ गया पुलिस का हूं तो चकना ही पैना नहीं मैं नहीं हेलो हाँ जी गुरिंदर बराड़ बोल रहे हैं तुसी कौन मीनाक्षी कितों बैंक तो की कम सी शट अप इतने साली 302 लगन फिर दिया साली कहनी लोन ले लो ते ले लेना सी लोन मामा कल केस लड़न दे काम आना सी उस साले जड़े अपने हालात ने लोन दा ड्राफ्ट तां पर तिहाड़ जेल जाके मिलूगा ट्राली रोड़ो चलो इल्जाम ला दो होटल चो साबन दा नहीं चुके भजे भाभी जी कित्थे ने मतलब कहने का मतलब थोड़े जान पिछे वह भी चले गए कमाल है
थोड़े जान पिछों तो कई बार सुने पहली बार सुने थोड़े जान पिछे चले गए यार तू पंजाबी दा मास्टर लगा साडियां गलतियां कड्डी जाना पंजाबी जी यार करन के आया तू इथे यार कोर्ट च कम बणया नहीं ता आया मैं ता ले तू रुक फिर इथे असी ते जल्दी ता ही ता आया मैं इथे की करू थोड़े नाल ही चलदा कल नु फेर आ जाऊं साले मेरे नाल की वेखदे हो मेरा साला हुण बिठाओ साले नु अंदर चलो मैं पीछे बैठ जाना पीछे क्यों आया भी पीछे बैठ के सी साले सारी जिंदगी कदे तरक्की ना करयो चल के बैठ चल देखो जी साला तो साला साला ही रहंदा है ओदी जगह ते पीछे ही हुंदी है तुसी मेनू मूरे बिठाई जांदे हो चलो ठीक है इज्जत दे ले बैठ तू के